ਡੈਨਿਸ ਵੀਰਾ ਦੇਖ ਰਹੇ ਹੋ, ਮੈਂ ਤੁਹਾਡੇ ਨਾਲ ਅਭਿਸ਼ੇਕ ਭਾਰਦਵਾਜ, ਸਾਡੇ ਨਾਲ ਇਸ ਵੇਲੇ ਸਵਰਨ ਸਲਾਰੇ ਜੀ ਮੌਜੂਦ ਨੇ। ਸਰ, ਬੀਤੇ ਦਿਨ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ, ਬੀਜੇਪੀ ਨੂੰ ਟਾਟਾ ਬਾਏ ਬਾਏ ਤੁਸੀਂ ਕਹਿਤਾ, ਕੀ ਕਹਿਣਾ ਚਾਹੁੰਦੇ ਹੋ? ਕਿਹੜੀ ਨੀਤੀਆਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਆਮ ਆਦਮੀ ਪਾਰਟੀ, ਜਿਹੜੇ ਤੁਸੀਂ ਆਮ ਆਦਮੀ ਪਾਰਟੀ 'ਚ ਆਏ? ਦੇਖੋ, ਸਭ ਪਹਿਲੇ ਤਾਂ ਮੈਂ ਤੇਰੇ ਚੈਨਲ ਦਾ ਬਹੁਤ ਧੰਨਵਾਦ ਦੈਨਿਕ ਸਵੇਰਾ। ਮੇਰੇ ਵੀਰ, ਮੈਨੂੰ ਇਹ ਦੱਸ, ਪਿਛਲੇ 2 ਸਾਲ 'ਚ ਉਹ ਕੰਮ ਜਿਹੜਾ ਸਰਕਾਰਾਂ ਨੇ 75 ਸਾਲ 'ਚ ਨਹੀਂ ਕੀਤਾ, ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਸਾਹਿਬ ਉਹਨਾਂ ਨੇ ਉਹ ਸਾਰੀ ਕਾਇਆ ਕਲਪ ਕਰਤੀ। ਕਦੇ ਲੋਕ ਕਹਿੰਦੇ ਸੀ 100 ਯੂਨਿਟ ਫਰੀ, 200 ਯੂਨਿਟ ਫਰੀ, ਉਹਨਾਂ ਨੇ ਸਿਆਪਾ ਮਕਾਇਆ ਕਿ ਸਾਰੇ, ਚਾਹੇ ਬੰਦਾ ਪੰਜਾਬ 'ਚ ਕੋਈ ਵੀ ਰਹਿੰਦਾ ਹੋਏ, 600 ਯੂਨਿਟ ਫਰੀ। ਔਰ ਅੱਜ ਹਰ ਪਰਿਵਾਰ ਨੇ ਪਿਛਲੇ 2 ਸਾਲ 'ਚੋਂ ਕਮ ਸੇ ਕਮ ਲੱਖਾਂ ਰੁਪਏ ਬਚਾਏ ਨੇ, ਇਹ ਕਦੇ ਪਹਿਲੇ ਨਹੀਂ ਹੋਇਆ। ਆਪਣੇ ਦਿਲ 'ਤੇ ਹੱਥ ਰੱਖੋ, ਤੁਸੀਂ ਪੰਜਾਬ 'ਚ ਰਹਿੰਦੇ ਹੋ, ਕਿਸਾਨ ਵਿਚਾਰੇ ਵੇਟ ਕਰਦੇ ਰਹਿੰਦੇ ਸੀਗੇ ਟਿਊਬਵੈੱਲਾਂ 'ਤੇ ਬੈਠ ਕੇ ਕਿ ਬਿਜਲੀ ਕਦੋਂ ਆਉਣੀ ਹੈ। ਅੱਜ ਆਮ ਆਦਮੀ ਪਾਰਟੀ ਨੇ ਕਿਸਾਨਾਂ ਦੀ ਬਿਜਲੀ 12 ਘੰਟੇ ਫਰੀ ਕੀਤੀ ਹੈ। ਕਿਸਾਨ ਆਪਣੀ ਮਰਜ਼ੀ ਨਾਲ ਬਟਨ ਬੰਦ ਕਰਦੇ ਨੇ, ਨਹੀਂ ਤਾਂ ਬਿਜਲੀ ਦਾ ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਇਹ ਸਿਰਫ ਆਮ ਆਦਮੀ ਪਾਰਟੀ ਨੇ ਸੋਚਿਆ, ਕਿਉਂਕਿ ਉਹ ਕਿਸਾਨਾਂ ਦੀ ਵੀ ਪਾਰਟੀ ਹੈਗੀ ਹੈ, ਆਮ ਆਦਮੀ ਪਾਰਟੀ ਹੈ। ਦੂਸਰਾ, ਗੰਨੇ ਦਾ ਰੋਜ਼ ਰੋਣਾ ਪਿੱਟਣਾ ਰਹਿੰਦਾ ਸੀਗਾ, ਅੱਜ ਇਹ ਸਰਕਾਰ ਨੇ ਪਹਿਲੀ ਵਾਰ ਆਪਣੀ ਜੇਬ 'ਚੋਂ 65 ਰੁਪਇਆ ਪਰ ਕੁਇੰਟਲ ਕੱਢ ਕੇ ਕਿਸਾਨਾਂ ਨੂੰ ਐਕਸਟਰਾ ਦਿੱਤਾ। ਰੋਡ ਸੁਰੱਖਿਆ ਦੀ ਗੱਲ ਹੋਏ, ਤੁਹਾਨੂੰ ਸਾਰਿਆਂ ਨੂੰ ਪਤਾ ਜਿੰਨੇ ਪ੍ਰਾਈਵੇਟ ਹੋਸਪਿਟਲ ਨੇ ਸਾਰੇ ਇਨ ਪੈਨਲ ਕੀਤੇ ਗੌਰਮੈਂਟ ਨੇ, ਕਿ ਕਿਸੇ ਵੀ ਬੰਦੇ ਦਾ ਅਗਰ ਐਕਸੀਡੈਂਟ ਹੁੰਦਾ ਉਹਨੂੰ ਕਿਤੇ ਵੀ ਇਲਾਜ ਕਰਾਓ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਉਹਦਾ ਪੈਸਾ ਪੇ ਕਰੇਗੀ, ਕਿਸੇ ਨੂੰ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈਗੀ। ਬ੍ਰਦਰ, ਐਜੂਕੇਸ਼ਨ 'ਚ ਇਹਨਾਂ ਨੇ ਇੰਨਾ ਵੱਡਾ ਰਿਫੋਰਮ ਲਾਉਂਦਾ ਹੈ, ਕਿਸਾਨੀ 'ਚ ਹਰ ਸਪੋਰਟਸ ਇੱਦਾਂ ਦੀਆਂ ਪੋਲਿਸੀਆਂ ਆਈਆਂ ਨੇ ਕਿ ਸਪੋਰਟ ਨੂੰ, ਮੈਂ ਕਹਿ ਰਿਹਾ ਆਉਣ ਵਾਲੇ ਹੋਰ ਜਿਹੜੇ 3 ਸਾਲ ਰਹਿ ਗਏ ਨੇ, ਇਹ ਬੁਲੰਦੀਆਂ 'ਤੇ ਲੈ ਕੇ ਜਾਣਗੇ। ਔਰ ਹਰ ਸਪੋਰਟਸਮੈਨ ਚਾਹੁੰਦਾ ਕਿ ਮੈਂ ਹੁਣ ਸਪੋਰਟ ਜਾਵਾਂ ਤਾਂ ਕਿ ਮੈਨੂੰ ਸਰਕਾਰ ਦੀ ਨੌਕਰੀ ਮਿਲੇ। ਇਹ ਪਹਿਲੇ ਕੋਈ ਇੱਦਾਂ ਦੀ ਨੋਟੀਫਿਕੇਸ਼ਨ ਨਹੀਂ ਸੀਗੀ, ਸਿਰਫ ਆਮ ਆਦਮੀ ਪਾਰਟੀ ਨੇ ਕੀਤੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਆਮ ਆਦਮੀ ਪਾਰਟੀ ਦੀ, ਮੈਂ ਕਿਉਂ ਕਹਿ ਰਿਹਾ, ਕਿਉਂਕਿ ਦੇ ਹਰ ਇੱਕ ਉਸ ਇਨਸਾਨ ਦੇ ਬਾਰੇ 'ਚ ਸੋਚਦੇ ਨੇ ਜਿਹੜਾ ਵੱਡੀ ਜਗ੍ਹਾ 'ਤੇ ਨਹੀਂ ਪਹੁੰਚ ਸਕਦਾ, ਅਮੀਰੀ 'ਤੇ ਨਹੀਂ ਪਹੁੰਚ ਸਕਦਾ, ਕਿਸੇ ਨੂੰ ਅਪਰੋਚ ਨਹੀਂ ਕਰ ਸਕਦਾ, ਇਹ ਉਹਨਾਂ ਕੋਲ ਜਾਂਦੇ ਨੇ। ਔਰ ਅੱਜ ਮੈਂ ਯਕੀਨ ਨਾਲ ਕਹਿ ਰਿਹਾ ਸੀਗਾ, ਆਉਣ ਵਾਲਾ 2024 ਦੇ ਇਲੈਕਸ਼ਨ ਦਾ ਰਿਜ਼ਲਟ ਆਏਗਾ, 13 ਦੀ 13 ਸੀਟਾਂ ਆਮ ਆਦਮੀ ਪਾਰਟੀ ਦੀਆਂ ਹੋਣਗੀਆਂ। ਔਰ ਲੋਕ ਸਭਾ ਗੁਰਦਾਸਪੁਰ ਕਮ ਸੇ ਕਮ ਕਲਸੀ ਸਾਹਿਬ ਸਾਡੇ ਜਿਹੜੇ ਕੈਂਡੀਡੇਟ ਨੇ 3 ਲੱਖ+ ਵੋਟਾਂ ਨਾਲ ਜਿੱਤਣ। ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ 2024 ਦੇ ਲਈ ਦਾਅਵੇਦਾਰ ਵੀ ਪੇਸ਼ ਕਰਦੇ ਰਹੇ ਹੋ ਗੁਰਦਾਸਪੁਰ ਤੋਂ, ਉਸ ਨੂੰ ਲੈ ਕੇ ਕਹਿਣਾ? ਸਾਰੀਆਂ ਪੁਰਾਣੀਆਂ ਗੱਲਾਂ ਹੋ ਗਈਆਂ। ਠੀਕ ਹੈ, ਤੁਹਾਡੇ ਨਾਲ ਸਵਰਨ ਸਲਾਰੀਆ ਜੀ, ਜਿਨ੍ਹਾਂ ਨੇ ਬੜੇ ਹੀ ਸਾਫ਼ ਤਰੀਕੇ ਦੇ ਨਾਲ ਗੱਲਬਾਤ ਕੀਤੀ ਹੈ। ਇਸੇ ਦੇ ਨਾਲ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ, ਮੈਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।